नहीं। भारत के किसानों का रोस देख के ट्रंप भी बोलने तो रुक नहीं सकया। ट्रूडो ने भी अपनी भड़ास मोदी के खिलाफ कट दी। अमेरिका ने कहा है कि भारत के किसानों का विरोध बिल्कुल सही है क्योंकि भारत की अर्थव्यवस्था नूं किसानों ने ही मोड़ा दिता सी। उधरों ट्रूडो ने कहा है कि पंजाबी किसानों की बदौलत ही कनेडा अज आर्थिक पक्षों खुशहाल है। पंजाबी किसानों ने कनेडा दी उजड़िया हुई जमीनों बहाल करके हरिया भरिया किया जिस नाल कनेडा की अर्थव्यवस्था बिल्कुल ठीक हुई है। पर भारत अपनी जन्मभूमि दे विच ही उन्हां दे नाल धक्का हो रहा है, अजिहा बिल्कुल सही नहीं है। अमेरिका ने कहा है कि भारत का किसानी ढांचा बिल्कुल सक्सैसफुल सी। साडे वर्गे देशां दे विच हुण लागू होए फार्मर एक्ट रिजेक्ट हो चुके हैं। अमेरिका ते यूरोप ने भारत वाला किसानी ढांचा अपनाया सी, पर भारत अपने सफल ढांचे नूं खत्म करके किसानां नूं मौत दे वल धक रहा है। असल दे विच होया भी इंज ही सी। 1966 ਤੋਂ ਬਾਅਦ ਭਾਰਤ ਦੇ ਵਿੱਚ ਹਰਿਤ ਕ੍ਰਾਂਤੀ ਤੋਂ ਬਾਅਦ ਕਿਸਾਨ ਮੰਡੀ ਤੇ ਸਰਕਾਰ ਦਾ ਢਾਂਚਾ ਬਹੁਤ ਸਫਲ ਰਿਹਾ। ਕੁਝ ਸਮੇਂ ਪਹਿਲਾਂ ਯੂਰਪ ਤੇ ਅਮਰੀਕਾ ਦੇ ਵਿੱਚ ਇਹ ਕਾਨੂੰਨ ਅਪਣਾਇਆ ਗਿਆ ਸੀ ਜੋ ਹੁਣ ਭਾਰਤ ਸਰਕਾਰ ਜ਼ਬਰਦਸਤੀ ਕਿਸਾਨਾਂ ਦੇ ਉੱਤੇ ਥੋਪ ਰਹੀ ਹੈ। ਇਸ ਦੇ ਨਤੀਜੇ ਦੇ ਵਿੱਚ ਅਮਰੀਕਾ ਤੇ ਯੂਰਪ ਦੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਲੱਗੀਆਂ ਤੇ ਮੁੱਲ ਇੱਕਦਮ ਥੱਲੇ ਡਿੱਗ ਪਏ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦੌਰ 4 ਗੁਣਾ ਵੱਧ ਗਿਆ। ਅਮਰੀਕਾ ਤੇ ਯੂਰਪ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਤੇ ਅੰਤ ਇਸ ਕਾਨੂੰਨ ਨੂੰ ਵਾਪਸ ਲੈਣਾ ਪਿਆ। ਅੱਜ ਭਾਰਤ ਆਪਣੀ ਆਦਤ ਅਨੁਸਾਰ ਉਹੀ ਅਮਰੀਕਾ ਤੇ ਯੂਰਪ ਵੱਲੋਂ ਰਿਜੈਕਟ ਕੀਤੇ ਗਏ ਬਿੱਲ ਭਾਰਤ ਦੇ ਵਿੱਚ ਲਾਗੂ ਕਰ ਰਿਹਾ ਹੈ। ਜਿਵੇਂ ਜਿਹੜੀਆਂ ਦਵਾਈਆਂ ਅਮਰੀਕਾ ਦੇ ਵਿੱਚ ਬੈਨ ਕਰ ਦਿੱਤੀਆਂ ਗਈਆਂ ਨੇ ਉਹ ਭਾਰਤ ਦੇ ਵਿੱਚ ਯੂਜ਼ ਹੋ ਰਹੀਆਂ ਨੇ। ਇਵੇਂ ਹੀ ਯੂਰਪ ਦੇ ਵਿੱਚ ਪਿਛਲੇ ਸਮੇਂ ਹੋਇਆ ਜਦੋਂ ਅਜਿਹਾ ਹੀ ਕਾਨੂੰਨ ਡੇਰੀ ਦੁੱਧ ਵਪਾਰੀਆਂ ਦੇ ਉੱਤੇ ਲਗਾ ਦਿੱਤਾ ਗਿਆ ਜਿਸ ਦੇ ਨਾਲ ਯੂਰਪ ਦੇ ਵਿੱਚ ਦੁੱਧ ਦੇ ਮੁੱਲ ਤਾਂ ਡਿੱਗੇ ਹੀ ਸੀ, ਉਸ ਦੇ ਨਾਲ ਹੀ ਦੁੱਧ ਖਰਾਬ ਹੋਣ ਲੱਗੇ ਕਿਉਂਕਿ ਦੁੱਧ ਸਟੋਰ ਕਰਨ ਵਾਸਤੇ ਉਹਨਾਂ ਕਿਸਾਨਾਂ ਦੇ ਕੋਲ ਕੋਈ ਜਗ੍ਹਾ ਨਹੀਂ ਸੀ ਤੇ ਪ੍ਰਾਈਵੇਟ ਕੰਪਨੀਆਂ ਆਪਣੀ ਮਰਜ਼ੀ ਦੇ ਨਾਲ ਦੁੱਧ ਚੁੱਕਦੀਆਂ ਸੀ। ਇਸ ਕਾਨੂੰਨ ਦੇ ਖਿਲਾਫ ਯੂਰੋਪੀਅਨ ਕਿਸਾਨਾਂ ਨੇ ਇੱਕ ਅਨੋਖਾ ਹੀ ਵਿਰੋਧ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਟੈਂਕਰ ਦੁੱਧ ਨਾਲ ਭਰ ਕੇ ਸ਼ਹਿਰ ਦੀਆਂ ਸਰਕਾਰੀ ਬਿਲਡਿੰਗਾਂ ਦੇ ਉੱਪਰ ਦੁੱਧ ਦੀ ਬੁਛਾੜਾ ਮਾਰੀਆਂ ਜਿੱਥੇ ਦੁੱਧ ਦੀ ਸੱਟ ਦੇ ਨਾਲ ਵੱਡੀ ਵੱਡੀ ਇਮਾਰਤਾਂ ਨੂੰ ਨੁਕਸਾਨ ਹੋਇਆ ਤੇ ਸੜਕਾਂ ਦੇ ਉੱਪਰ ਦੁੱਧ ਦੀਆਂ ਨਦੀਆਂ ਵਹਿਣ ਲੱਗੀਆਂ ਜਿਸ ਤੋਂ ਬਾਅਦ ਉਸ ਬਿੱਲ ਨੂੰ ਵਾਪਸ ਲੈਣਾ ਪਿਆ। ਅਜਿਹਾ ਹੀ ਕੁਝ ਭਾਰਤ ਦੇ ਵਿੱਚ ਵੀ ਕਰਨ ਦੀ ਲੋੜ ਹੈ ਤਾਂ ਜੋ ਕੁਰਸੀਆਂ ਦੇ ਉੱਤੇ ਬੈਠਿਆਂ ਦੀ ਜਾਗ ਖੁੱਲ ਸਕੇ ਕਿਉਂਕਿ ਉਹ ਤਾਂ ਕੁਰਸੀਆਂ ਦੇ ਉੱਤੇ ਬੈਠ ਕੇ ਜਨਤਾ ਨੂੰ ਜਨਤਾ ਦੇ ਨਾਲ ਹੀ ਪੜਾ ਰਹੇ ਨੇ ਤੇ ਆਪ ਉਹਨਾਂ ਨੂੰ ਕੋਈ ਵੀ ਅਸਰ ਨਹੀਂ ਪੈ ਰਿਹਾ।